ਸੜਕ ਤੇ ਦੂਰ ਦੂਰ ਤੱਕ ਹਾਰਨ ਦੀ ਆਵਾਜ਼ ਜੋ ਗੂੰਜ ਰਹੀ ਹੈ, ਇਹ ਸਿਰਫ ਇਸ ਲਈ ਹੈ ਕਿਉਂਕਿ ਇੱਥੇ ਟ੍ਰੈਫਿਕ ਨੂੰ ਰੋਕਿਆ ਗਿਆ ਹੈ, ਕਿਉਂਕਿ ਇਸ ਰਾਹ ਤੋਂ ਸੀਐਮ ਦਾ ਕਾਫਲਾ ਨਿਕਲਣਾ ਹੈ, ਜਿਸ ਕਰਕੇ ਟ੍ਰੈਫਿਕ ਰੋਕਿਆ ਤੇ ਇੱਥੇ ਰਾਹਗੀਰਾਂ ਦੇ ਵੱਲੋਂ ਵਰਦੇ ਮੀਂਹ 'ਚ ਖੜੇ ਹੋਣ ਤੇ ਇਤਰਾਜ਼ ਜਤਾਇਆ ਗਿਆ, ਵਿਰੋਧ ਕੀਤਾ ਗਿਆ ਤੇ ਵਿਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਹਾਰਨ ਵਜਾਇਆ ਗਿਆ, ਜਿਸ ਕਰਕੇ ਟ੍ਰੈਫਿਕ ਪੁਲਿਸ ਵੀ ਪਰੇਸ਼ਾਨ ਹੋ ਗਈ। ਤਸਵੀਰਾਂ ਗੁਰੂਗ੍ਰਾਮ ਦੀਆਂ ਨੇ ਜਿੱਥੇ ਸੀਐਮ ਦੇ ਰੂਟ ਤੇ ਇੱਕ ਕਾਫਲਾ ਜਿਹੜਾ ਨਿਕਲਣਾ ਸੀ ਤਾਂ ਇੱਥੇ ਟ੍ਰੈਫਿਕ ਰੋਕਿਆ ਗਿਆ ਟ੍ਰੈਫਿਕ ਪੁਲਿਸ ਦੇ ਵੱਲੋਂ। ਵਰਦੇ ਮੀਂਹ ਦੇ ਵਿੱਚ ਰਾਹਗੀਰਾਂ ਨੂੰ ਇੱਥੇ ਸੜਕ ਦੇ ਕੰਢੇ ਖੜੇ ਹੋਣਾ ਪਿਆ ਹੈ, ਕਿਉਂਕਿ ਇੱਥੇ ਪੁਲਿਸ ਦੇ ਵੱਲੋਂ ਬੈਰੀਅਰ ਲਗਾਏ ਗਏ ਸਨ। ਜਿਸ ਰਾਹ ਤੋਂ ਸੀਐਮ ਦਾ ਕਾਫਲਾ ਗੁਜ਼ਰਨਾ ਸੀ ਉਸ ਰਾਹ ਤੋਂ ਬਿਲਕੁਲ ਕਲੀਅਰ ਕਰਦਿਆਂ ਹੋਇਆਂ ਸਾਰੇ ਟ੍ਰੈਫਿਕ ਨੂੰ ਹਟਾਇਆ ਗਿਆ, ਸਾਈਡਾਂ ਤੇ ਰੋਕ ਦਿੱਤਾ ਗਿਆ। ਇਸੇ ਦਾ ਵਿਰੋਧ ਕਰਦੇ ਹੋਏ ਇਹਨਾਂ ਸ਼ਹਿਰ ਵਾਸੀਆਂ ਦੇ ਵੱਲੋਂ ਹਾਰਨ ਵਜਾ ਕੇ ਇਸ ਦਾ ਵਿਰੋਧ ਕੀਤਾ ਹੈ, ਹੂਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਵਰਦੇ ਮੀਂਹ ਦੇ ਵਿੱਚ ਰਾਹਗੀਰਾਂ ਨੂੰ ਸੜਕ ਤੇ ਖੜਾ ਕਰਨਾ ਸਰਾਸਰ ਗਲਤ ਹੈ। ਦੱਸ ਦਈਏ ਕਿ ਸੀਐਮ ਨਾਇਬ ਸੈਣੀ ਦਾ ਇੱਥੋਂ ਕਾਫਲਾ ਗੁਜ਼ਰਨਾ ਸੀ ਜੋ ਗੁਰੂਗ੍ਰਾਮ ਦੇ ਸੈਕਟਰ 10 ਵਿੱਚ ਆਏ ਹੋਏ ਸੀ ਤੇ ਇਸੇ ਲਈ ਸੈਕਟਰ 10 ਦੇ ਵਿੱਚ ਜਾਟ ਭਵਨ ਦੀ ਇੱਥੇ ਨੀਂਹ ਰੱਖਣ ਦੇ ਲਈ ਉਹ ਪਹੁੰਚੇ ਹੋਏ ਸਨ, ਤਾਂ ਇਸ ਨੂੰ ਲੈ ਕੇ ਹੀ ਇੱਥੇ ਟ੍ਰੈਫਿਕ ਰੋਕਿਆ ਗਿਆ ਸੀ। ਰਾਹਗੀਰ ਜੋ ਵੀ ਸੜਕ ਤੋਂ ਗੁਜ਼ਰ ਰਹੇ ਸਨ ਉਹਨਾਂ ਨੂੰ ਸੜਕ ਦੇ ਕੰਢੇ 'ਤੇ ਖੜਾ ਕੀਤਾ ਗਿਆ ਹੈ ਅਤੇ ਨਾਲ ਹੀ ਉਹਨਾਂ ਦੇ ਅੱਗੇ ਬੈਰੀਅਰ ਲਗਾਏ ਗਏ ਨੇ ਤਾਂ ਜੋ ਕੋਈ ਵੀ ਅੱਗੇ ਨਾ ਲੰਘ ਸਕੇ। ਪਰ ਵਰਦੇ ਮੀਂਹ ਦੇ ਵਿੱਚ ਜਿੱਥੇ ਰਾਹਗੀਰ ਖੜੇ ਨੇ ਤਾਂ ਉਹਨਾਂ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਅਤੇ ਇਤਰਾਜ਼ ਜਤਾਉਣ ਦਾ ਇਹਨਾਂ ਦਾ ਤਰੀਕਾ ਹੈ ਕਿ ਲਗਾਤਾਰ ਸੜਕ ਦੇ ਉੱਤੇ ਜਿੰਨੀ ਦੇਰ ਇਹਨਾਂ ਨੂੰ ਖੜੇ ਕਰਨਾ ਪਿਆ ਉਨੀ ਦੇਰ ਤੱਕ ਸਾਰੀਆਂ ਗੱਡੀਆਂ ਦੇ ਵੱਲੋਂ ਹਾਰਨ ਵਜਾਇਆ ਗਿਆ ਜੋ ਸੜਕ ਤੇ ਦੂਰ ਦੂਰ ਤੱਕ ਸੁਣਾਈ ਦਿੱਤਾ ਹੈ। ਸੜਕ ਤੇ ਦੂਰ ਦੂਰ ਤੱਕ ਹਾਰਨ ਦੀ ਆਵਾਜ਼ ਜੋ ਗੂੰਜ ਰਹੀ ਹੈ, ਇਹ ਸਿਰਫ ਇਸ ਲਈ ਹੈ ਕਿਉਂਕਿ ਇੱਥੇ ਟ੍ਰੈਫਿਕ ਨੂੰ ਰੋਕਿਆ ਗਿਆ ਹੈ, ਕਿਉਂਕਿ ਇਸ ਰਾਹ ਤੋਂ ਸੀਐਮ ਦਾ ਕਾਫਲਾ ਨਿਕਲਣਾ ਹੈ, ਜਿਸ ਕਰਕੇ ਟ੍ਰੈਫਿਕ ਰੋਕਿਆ ਤੇ ਇੱਥੇ ਰਾਹਗੀਰਾਂ ਦੇ ਵੱਲੋਂ ਵਰਦੇ ਮੀਂਹ 'ਚ ਖੜੇ ਹੋਣ ਤੇ ਇਤਰਾਜ਼ ਜਤਾਇਆ ਗਿਆ, ਵਿਰੋਧ ਕੀਤਾ ਗਿਆ ਤੇ ਵਿਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਹਾਰਨ ਵਜਾਇਆ ਗਿਆ, ਜਿਸ ਕਰਕੇ ਟ੍ਰੈਫਿਕ ਪੁਲਿਸ ਵੀ ਪਰੇਸ਼ਾਨ ਹੋ ਗਈ। ਤਸਵੀਰਾਂ ਗੁਰੂਗ੍ਰਾਮ ਦੀਆਂ ਨੇ ਜਿੱਥੇ ਸੀਐਮ ਦੇ ਰੂਟ ਤੇ ਇੱਕ ਕਾਫਲਾ ਜਿਹੜਾ ਨਿਕਲਣਾ ਸੀ ਤਾਂ ਇੱਥੇ ਟ੍ਰੈਫਿਕ ਰੋਕਿਆ ਗਿਆ ਟ੍ਰੈਫਿਕ ਪੁਲਿਸ ਦੇ ਵੱਲੋਂ। ਵਰਦੇ ਮੀਂਹ ਦੇ ਵਿੱਚ ਰਾਹਗੀਰਾਂ ਨੂੰ ਇੱਥੇ ਸੜਕ ਦੇ ਕੰਢੇ ਖੜੇ ਹੋਣਾ ਪਿਆ ਹੈ, ਕਿਉਂਕਿ ਇੱਥੇ ਪੁਲਿਸ ਦੇ ਵੱਲੋਂ ਬੈਰੀਅਰ ਲਗਾਏ ਗਏ ਸਨ। ਜਿਸ ਰਾਹ ਤੋਂ ਸੀਐਮ ਦਾ ਕਾਫਲਾ ਗੁਜ਼ਰਨਾ ਸੀ ਉਸ ਰਾਹ ਤੋਂ ਬਿਲਕੁਲ ਕਲੀਅਰ ਕਰਦਿਆਂ ਹੋਇਆਂ ਸਾਰੇ ਟ੍ਰੈਫਿਕ ਨੂੰ ਹਟਾਇਆ ਗਿਆ, ਸਾਈਡਾਂ ਤੇ ਰੋਕ ਦਿੱਤਾ ਗਿਆ। ਇਸੇ ਦਾ ਵਿਰੋਧ ਕਰਦੇ ਹੋਏ ਇਹਨਾਂ ਸ਼ਹਿਰ ਵਾਸੀਆਂ ਦੇ ਵੱਲੋਂ ਹਾਰਨ ਵਜਾ ਕੇ ਇਸ ਦਾ ਵਿਰੋਧ ਕੀਤਾ ਹੈ, ਹੂਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਵਰਦੇ ਮੀਂਹ ਦੇ ਵਿੱਚ ਰਾਹਗੀਰਾਂ ਨੂੰ ਸੜਕ ਤੇ ਖੜਾ ਕਰਨਾ ਸਰਾਸਰ ਗਲਤ ਹੈ। ਦੱਸ ਦਈਏ ਕਿ ਸੀਐਮ ਨਾਇਬ ਸੈਣੀ ਦਾ ਇੱਥੋਂ ਕਾਫਲਾ ਗੁਜ਼ਰਨਾ ਸੀ ਜੋ ਗੁਰੂਗ੍ਰਾਮ ਦੇ ਸੈਕਟਰ 10 ਵਿੱਚ ਆਏ ਹੋਏ ਸੀ ਤੇ ਇਸੇ ਲਈ ਸੈਕਟਰ 10 ਦੇ ਵਿੱਚ
ਜਾਟ ਭਵਨ ਦੀ ਇੱਥੇ ਨੀਂਹ ਰੱਖਣ ਦੇ ਲਈ ਉਹ ਪਹੁੰਚੇ ਹੋਏ ਸਨ ਤਾਂ ਇਸੇ ਨੂੰ ਲੈ ਕੇ ਹੀ ਇੱਥੇ ਟ੍ਰੈਫਿਕ ਰੋਕਿਆ ਗਿਆ ਸੀ। ਰਾਹਗੀਰ ਜੋ ਵੀ ਇਸ ਸੜਕ ਤੋਂ ਗੁਜ਼ਰ ਰਹੇ ਸਨ ਉਹਨਾਂ ਨੂੰ ਸੜਕ ਦੇ ਕੰਢੇ 'ਤੇ ਖੜ੍ਹਾ ਕੀਤਾ ਗਿਆ ਹੈ ਅਤੇ ਨਾਲ ਹੀ ਉਹਨਾਂ ਦੇ ਅੱਗੇ ਬੈਰੀਅਰ ਲਗਾਏ ਗਏ ਨੇ ਤਾਂ ਜੋ ਕੋਈ ਵੀ ਅੱਗੇ ਨਾ ਲੰਘ ਸਕੇ। ਪਰ ਵਰਦੇ ਮੀਂਹ ਦੇ ਵਿੱਚ ਜਿੱਥੇ ਰਾਹਗੀਰ ਖੜ੍ਹੇ ਨੇ ਤਾਂ ਉਹਨਾਂ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਅਤੇ ਇਤਰਾਜ਼ ਜਤਾਉਣ ਦਾ ਇਹਨਾਂ ਦਾ ਤਰੀਕਾ ਹੈ ਕਿ ਲਗਾਤਾਰ ਸੜਕ ਦੇ ਉੱਤੇ ਜਿੰਨੀ ਦੇਰ ਇਹਨਾਂ ਨੂੰ ਖੜ੍ਹੇ ਕਰਨਾ ਪਿਆ ਉਨੀ ਦੇਰ ਤੱਕ ਸਾਰੀਆਂ ਗੱਡੀਆਂ ਦੇ ਵੱਲੋਂ ਹੌਰਨ ਵਜਾਇਆ ਗਿਆ ਜੋ ਸੜਕ 'ਤੇ ਦੂਰ ਦੂਰ ਤੱਕ ਸੁਣਾਈ ਦਿੱਤਾ ਹੈ।